ਖਾਲਸਾ ਜੀ, ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਚੰਦ ਨੇ ਚਾਂਦਨੀ ਚੌਂਕ ਅੰਦਰ ਨੂਰੀ ਦਿਲ ਦੀ ਦਿੱਲੀ ਲੁਟਾ ਦਿੱਤੀ, ਕਿਸੇ ਹੀਰੇ ਨੇ ਚਮਕ ਵਿਖਾਈ ਐਸੀ ਦੇਹੀ ਆਰੇ ਦੇ ਨਾਲ ਚਰਵਾ ਦਿੱਤੀ, ਕਿਸੇ ਸਾਹਮਣੇ ਦੇਖ ਕੇ ਆਈ ਚਰਖੀ ਜਿੰਦ ਆਪਦੀ ਪੂਣੀ ਬਣਾ ਦਿੱਤੀ, ਕਿਸੇ ਅਣਖ ਦਾ ਇੰਨਾ ਜਾਪ ਕੀਤਾ ਅੰਗ ਅੰਗ ਦੀ ਮਾਲਾ ਫਰਾ ਦਿੱਤੀ, ਕਿਸੇ ਕੁੜੀ ਕੁਰਬਾਨੀ ਤੇ ਮੋਹਤ ਹੋ ਕੇ ਲਾਹ ਕੇ ਖਲੜੀ ਹੇਠਾਂ ਵਿਛਾ ਦਿੱਤੀ, ਤੀਰ ਸਾਧਕਾਂ ਦੀਆਂ ਕੁਰਬਾਨੀਆਂ ਨੇ ਸਿੱਖ ਧਰਮ ਦੀ ਸ਼ਾਨ ਵਧਾ ਦਿੱਤੀ। ਸਿੱਖ ਇਤਿਹਾਸ ਦੁਨੀਆਂ ਨੂੰ ਪੁਕਾਰ ਪੁਕਾਰ ਕੇ ਕਹਿ ਰਿਹਾ ਹੈ, ਸਿੱਖ ਉਹ ਹੈ ਜਿਸ ਦਾ ਸੀਸ ਕੱਟਿਆ ਜਾਵੇ ਸਿਦਕੋਂ ਡੋਲੇ ਨਾ। ਪੰਜਾਬ ਦੀ ਧਰਤੀ ਉਹ ਮਹਾਨ ਪਵਿੱਤਰ ਧਰਤੀ ਹੈ ਜਿਸ ਨੇ ਉਤਕ੍ਰਿਸ਼ਟ ਰੂਹਾਂ, ਰਿਸ਼ੀਆਂ ਮੁਨੀਆਂ, ਗੁਰੂਆਂ ਪੀਰਾਂ, ਸੰਤਾਂ ਮਹਾਤਮਾ, ਸੂਰਵੀਰ ਯੋਧਿਆਂ ਅਤੇ ਸ਼ਹਿਰਾਂ ਨੂੰ ਜਨਮ ਦਿੱਤਾ, ਜਿੱਥੇ ਰੱਬ ਦੇ ਪਿਆਰਿਆਂ ਨੇ ਆਪਣੇ ਪਵਿੱਤਰ ਉਪਦੇਸ਼ਾਂ ਨਾਲ ਪੰਜਾਬ ਦੀ ਧਰਤੀ ਨੂੰ ਪੂਜਣ ਯੋਗ ਬਣਾਇਆ, ਉੱਥੇ ਸੂਰਵੀਰ ਯੋਧਿਆਂ ਨੇ ਇਸ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਮਹਾਨ ਕੁਰਬਾਨੀਆਂ ਕੀਤੀਆਂ। ਜਦੋਂ ਕਦੇ ਵੀ ਦੇਸ਼ ਤੇ ਭੀੜ ਪੈਂਦੀ ਹੈ ਤਾਂ ਸੂਰਮੇ ਦਾ ਹੱਥ ਤਲਵਾਰ ਦੇ ਕਬਜ਼ੇ ਤੇ ਚਲਾ ਜਾਂਦਾ ਹੈ। ਸਿੱਖੀ ਦਾ ਬੂਟਾ ਕਵਿਤਾ ਵਿੱਚੋਂ ਸ਼ਰਧਾ ਡੁੱਲ ਡੁੱਲ ਪੈਂਦੀ ਹੈ। ਸਿੱਖੀ ਉਹ ਬੂਟਾ ਹੈ ਜਿਸ ਨੇ ਆਪਣੇ ਸਿਰ ਉੱਤੇ ਕੜਕ ਦੀਆਂ ਧੁੱਪਾਂ ਬਰਦਾਸ਼ਤ ਕੀਤੀਆਂ, ਪਰੰਤੂ ਮਜ਼ਲੂਮਾਂ ਨੂੰ ਜ਼ੁਲਮ ਦੀਆਂ ਤੱਤੀਆਂ ਲੋਆਂ ਤੋਂ ਬਚਾ ਲਿਆ। ਇਸ ਮਹਾਨ ਰਚਨਾ ਨੂੰ ਚਰਨ ਸਿੰਘ ਆਲਮਗੀਰੀਏ ਦਾ ਢਾਡੀ ਜਥਾ, ਜੀਤ ਸਿੰਘ ਆਲਮਗੀਰ, ਵਲੈਤ ਸਿੰਘ ਮੀਓਵਾਲ, ਸਰੰਗੀ ਮਾਸਰ ਗੁਰਪਾਲ ਸਿੰਘ ਆਲਮਗੀਰ ਹੇ ਇਉਂ ਬਿਆਨ ਕਰਦੇ ਹਨ। ਉਹ ਕਿਹੜਾ ਬੂਟਾ ਦੇ ਕੰਢੇ ਤੇ ਲੱਖੀ ਦੇ ਜੰਗਲ ਵਿੱਚ, ਰੋੜਾਂ ਵਿੱਚ, ਰਕੜਾਂ ਵਿੱਚ, ਬੰਜਰਾਂ ਵਿੱਚ, ਝੱਖੜਾਂ ਵਿੱਚ। ਵਾਹ ਬਈ ਵਾਹ ਸਰੰਗੀ ਮਾਸਰ ਗੁਰਪਾਲ ਸਿੰਘ ਆਲਮਗੀਰ ਵਾਲਿਆ।
ਬਦਾਲੀ ਆ ਜਾਵੇ ਕੋਈ ਨਾਦਰ ਆ ਜਾਵੇ ਜਾਂ ਖਜ਼ਾਨੇ ਨਹੀਂ, ਕੌਮਾਂ ਦੀ ਜ਼ਿੰਦਗੀ ਦਾ ਅਸਲੀ ਰਾਜ਼ ਕੁਰਬਾਨੀ ਹੈ। ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ, ਕਿਸੇ ਤਾਕ ਤਲਵਾਰ ਨੂੰ ਮੁੱਖ ਮੰਨਿਆ, ਕਿਸੇ ਫਲਸਫੇ ਦੱਸੇ ਰੂਹਾਨੀਆਂ ਦੇ। ਊਂ ਤਾਂ ਸਾਰੀਆਂ ਗੱਲਾਂ ਹੀ ਚੰਗੀਆਂ ਨੇ, ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ। ਐ ਪਰ ਤੱਤ ਸਿਆਣਿਆਂ ਕੱਢ ਕਿਹਾ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ। ਸਿੱਖ ਕੌਮ ਉਹਨਾਂ ਮਰਦਾਂ ਬਹਾਦਰਾਂ ਅਤੇ ਸਿਰਲੱਥ ਸੂਰਮਿਆਂ ਦੀ ਕੌਮ ਹੈ ਜਿਸ ਕੌਮ ਦੇ ਰੋਮ ਰੋਮ ਵਿੱਚ ਕੁਰਬਾਨੀ ਦਾ ਜਜ਼ਬਾ ਮੌਜੂਦ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਰਬੱਤ ਦੇ ਭਲੇ ਦੀ ਜਿਸ ਮਹਾਨ ਵਿਚਾਰਧਾਰਾ ਨੂੰ ਜਨਮ ਦਿੱਤਾ, ਉਸ ਵਿਚਾਰਧਾਰਾ ਨੂੰ ਪਾਲਣ ਵਾਸਤੇ ਸਿੱਖ ਇਤਿਹਾਸ ਲਹੂ ਨਾਲ ਰੰਗਿਆ ਗਿਆ। ਜਦੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਸਾਹਿਬ ਵਿਖੇ ਧਰਮ ਦਾ ਪ੍ਰਚਾਰ ਕਰ ਰਹੇ ਸਨ, ਤਾਂ ਦੂਜੇ ਪਾਸੇ ਦਿੱਲੀ ਦਾ ਤੌਸਬੀ ਬਾਦਸ਼ਾਹ ਔਰੰਗਜ਼ੇਬ ਧਰਮ ਨੂੰ ਖਤਮ ਕਰਨ 'ਤੇ ਤੁਲਿਆ ਹੋਇਆ ਸੀ। ਔਰੰਗਜ਼ੇਬ ਦੇ ਜ਼ੁਲਮ ਦੀ ਇਸ ਦਾਸਤਾਨ ਨੂੰ ਚਰਨ ਸਿੰਘ ਆਲਮਗੀਰੀਏ ਦਾ ਢਾਡੀ ਜੱਥਾ, ਅਜੀਤ ਸਿੰਘ ਆਲਮਗੀਰ, ਬਲਵਿੰਦਰ ਸਿੰਘ ਬੁੱਲਾਪੁਰ, ਕਰਨੈਲ ਸਿੰਘ ਸ਼ੇਰਪੁਰ ਸਰੰਗੀ ਮਾਸਟਰ, ਹੇ
ਇਉਂ ਬਿਆਨ ਕਰਦੇ ਹਨ। ਹਕੂਮਤ ਦੇ ਇਸ ਅੱਤਿਆਚਾਰ ਦੀ ਖਬਰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚ ਗਈ। ਜਿਸ ਵੇਲੇ ਔਰੰਗਜ਼ੇਬ ਦੀ ਤਲਵਾਰ ਕਸ਼ਮੀਰੀ ਪੰਡਤਾਂ ਦੀ ਧੌਣ ਉੱਤੇ ਲਟਕ ਰਹੀ ਸੀ ਤਾਂ ਕਸ਼ਮੀਰੀ ਪੰਡਤਾਂ ਨੇ ਮੰਦਰਾਂ ਵਿੱਚ ਟੱਲ ਖੜਕਾਏ, ਜੋਧੜੀਆਂ ਕੀਤੀਆਂ। ਜਦੋਂ ਕੋਈ ਚਾਰਾ ਬਾਕੀ ਨਾ ਰਿਹਾ ਤਾਂ ਅਮਰਨਾਥ ਦੇ ਮੰਦਰ ਵਿੱਚੋਂ ਗਈਬੀ ਆਵਾਜ਼ ਆਈ ਕਿ ਤੁਹਾਡਾ ਓਟ ਆਸਰਾ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਜੀ ਹਨ। ਇਹ ਗਈਬੀ ਬਾਣੀ ਨੂੰ ਸੁਣ ਕੇ ਕਸ਼ਮੀਰੀ ਪੰਡਤਾਂ ਨੇ ਆਨੰਦਪੁਰ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ ਅਤੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਰੋ ਰੋ ਕੇ ਆਪਣੀ ਇਹ ਰੌਂਗੜੇ ਖੜੇ ਕਰ ਦੇਣ ਵਾਲੀ ਦੁੱਖਾਂ ਭਰੀ ਵਾਰਤਾ ਇੰਜ ਦੱਸੀ। ਤਿਲਕ ਤੇ ਜੰਜੂ ਨੂੰ ਥੋਡੇ ਬਾਝੋਂ ਕੌਣ ਬਚਾ।
ਜਿਹੜੀ ਕਹਿੰਦੇ ਨੇ ਉਹ ਪੁਗਾ ਦਿੰਦੇ ਫੜਾਂ ਫੋਕੀਆਂ ਸੂਰਮੇ ਮਾਰ ਦੇਣਾ, ਕੌਮੀ ਮੰਦਿਰ ਦੀ ਕਰਨ ਬੁਨਿਆਦ ਪੱਕੀ, ਨਿਰੇ ਰੇਤ ਦੇ ਮਹਿਲ ਉਸਾਰ ਦੇਣਾ, ਮਿਲੇ ਚੈਨ ਨਾ ਤੜਫਦੀ ਆਤਮਾ ਨੂੰ, ਕਰਜ਼ਾ ਜਦੋਂ ਤੱਕ ਸਿਰੋਂ ਉਤਾਰ ਦੇਣਾ, ਚਰਨ ਸਿਰਾਂ ਦੀ ਬਾਜ਼ੀ ਲਾ ਦਿੰਦੇ ਬਾਜ਼ੀ ਅਣਖ ਦੀ ਸੂਰਮੇ ਹਾਰ ਦੇਣਾ। ਗੁਰੂ ਘਰ ਦਾ ਪਵਿੱਤਰ ਦਸਤੂਰ ਹੈ, ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਹੇ ਨਾ ਛੋੜੀਐ। ਕਸ਼ਮੀਰੀ ਪੰਡਤਾਂ ਦੀ ਇਸ ਦੁੱਖਾਂ ਭਰੀ ਕਹਾਣੀ ਨੂੰ ਸੁਣ ਕੇ ਸਤਿਗੁਰੂ ਸੋਚਾਂ ਵਿੱਚ ਲੀਨ ਹੋ ਗਏ। ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਇਸ ਦਸ਼ਾ ਵਿੱਚ ਵੇਖ ਕੇ ਬਾਲਕ ਗੋਬਿੰਦ ਰਾਏ ਨੇ ਪੁੱਛਿਆ, ਬਾਪੂ ਜੀ ਤੁਸੀਂ ਕੀ ਸੋਚਦੇ ਹੋ ਅਤੇ ਇਹ ਸੰਗਤ ਕਿੱਥੋਂ ਆਈ ਹੈ? ਤਾਂ ਪਿਤਾ ਜੀ ਨੇ ਆਪਣੇ ਪੁੱਤਰ ਨੂੰ ਦੱਸਿਆ, ਬੇਟਾ ਇਹ ਕਸ਼ਮੀਰ ਦੇ ਪੰਡਤ ਹਨ, ਇਹਨਾਂ ਦਾ ਧਰਮ ਖਤਰੇ ਵਿੱਚ ਹੈ, ਇਹਨਾਂ ਦਾ ਧਰਮ ਬਚਾਉਣ ਵਾਸਤੇ ਕਿਸੇ ਮਹਾਂਪੁਰਸ਼ ਨੂੰ ਕੁਰਬਾਨੀ ਦੇਣ ਦੀ ਲੋੜ ਹੈ। ਤਾਂ ਬਾਲਕ ਗੋਬਿੰਦ ਰਾਏ ਦਾ ਖੂਨ ਖੋਲਿਆ ਅਤੇ ਉਹਨਾਂ ਨੇ ਦਲੇਰੀ ਨਾਲ ਉੱਤਰ ਦਿੱਤਾ, ਪਿਤਾ ਜੀ ਤੁਹਾਥੋਂ ਵੱਡਾ ਮਹਾਂਪੁਰਸ਼ ਹੋਰ ਕੌਣ ਹੋ ਸਕਦਾ ਹੈ ਜੋ ਇਹਨਾਂ ਦਾ ਧਰਮ ਬਚਾਉਣ ਵਾਸਤੇ, ਹਿੰਦੁਸਤਾਨ ਦੀ ਡੁੱਬਦੀ ਬੇੜੀ ਨੂੰ ਬੰਨੇ ਲਾਉਣ ਵਾਸਤੇ ਆਪਣਾ ਸਿਰ ਦੇਵੇ ਅਤੇ ਕੁਰਬਾਨੀ ਦੇਵੇ? ਪਿਤਾ ਪੁੱਤਰ ਦੇ ਇਸ ਅਨੋਖੇ ਵਾਰਤਾਲਾਪ ਨੂੰ ਆਲਮਗੀਰੀਆ ਢਾਡੀ ਜੱਥਾ ਹੇ ਇਉਂ ਬਿਆਨ ਕਰਦਾ ਹੈ। ਸੁਣ ਕੇ ਪਿਤਾ ਨੇ ਫਿਰ ਪੁੱਛਿਆ, ਬੇਟਾ ਜੇ ਮੈਂ ਸ਼ਹੀਦ ਹੋ ਗਿਆ ਤੂੰ ਯਤੀਮ ਹੋ ਜਾਵੇਂਗਾ? ਤਾਂ ਬਾਲਕ ਨੇ ਹੌਸਲੇ ਨਾਲ ਕਿਹਾ, ਬਾਪੂ ਜੀ ਜੇ ਮੇਰੇ ਯਤੀਮ ਹੋਣ ਨਾਲ ਹਿੰਦੁਸਤਾਨ ਦੀ ਅਸਮਤ ਬਚ ਜਾਵੇ
ਜੇ ਮੇਰੇ ਯਤੀਮ ਹੋਣ ਨਾਲ ਹਿੰਦੁਸਤਾਨ ਦੀਆਂ ਧੀਆਂ ਭੈਣਾਂ ਗਜ਼ਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਨੂੰ ਨੀਲਾਮ ਹੋਣ ਤੋਂ ਬਚ ਜਾਣ, ਜੇ ਮੇਰੇ ਯਤੀਮ ਹੋਣ ਨਾਲ ਕਸ਼ਮੀਰੀ ਪੰਡਿਤ ਯਤੀਮ ਹੋਣ ਤੋਂ ਬਚ ਜਾਣ, ਤਾਂ ਇਹ ਸੌਦਾ ਸਸਤਾ ਹੈ, ਮਹਿੰਗਾ ਨਹੀਂ। ਤੁਹਾਡੀ ਕੁਰਬਾਨੀ ਅਣਜਾਈ ਨਹੀਂ ਜਾਵੇਗੀ, ਤੁਹਾਡੀ ਕੁਰਬਾਨੀ ਔਰੰਗਜ਼ੇਬ ਦੇ ਕਫਨ ਉੱਤੇ ਆਖਰੀ ਕਹਿਲ ਸਾਬਤ ਹੋਵੇਗੀ। ਤੁਹਾਡੇ ਖੂਨ ਦਾ ਕਤਰਾ ਕਤਰਾ ਉਸ ਖੌਫਨਾਕ ਬਗਾਵਤ ਨੂੰ ਜਨਮ ਦੇਵੇਗਾ ਜੋ ਦੱਖਣ ਤੋਂ ਲੈ ਕੇ ਅਫਗਾਨਿਸਤਾਨ ਤੱਕ ਫੈਲੀ ਹੋਈ ਸ਼ਕਤੀਸ਼ਾਲੀ ਮੁਗਲੀਆ ਸਲਤਨਤ ਨੂੰ ਹੱਥਾਂ ਪੈਰਾਂ ਦੀ ਪਾ ਦੇਵੇਗੀ। ਔਰੰਗਜ਼ੇਬ ਨੂੰ ਕਹਿ ਦਿਓ ਜੇ ਸਾਡਾ ਗੁਰੂ ਮੁਸਲਮਾਨ ਬਣ ਜਾਵੇ ਤਾਂ ਅਸੀਂ ਸਾਰੇ ਮੁਸਲਮਾਨ ਹੋ ਜਾਵਾਂਗੇ। ਇਹ ਗੱਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਸ਼ਮੀਰੀ ਪੰਡਤਾਂ ਨੂੰ ਕਹਿ ਕੇ ਦਿੱਲੀ ਨੂੰ ਭੇਜਿਆ। ਜਿਸ ਵੇਲੇ ਕਸ਼ਮੀਰੀ ਪੰਡਤਾਂ ਨੇ ਸਾਰੀ ਗੱਲ ਬਾਦਸ਼ਾਹ ਨੂੰ ਦੱਸੀ ਤਾਂ ਬਾਦਸ਼ਾਹ ਦੇ ਸੀਨੇ ਵਿੱਚ ਗੁੱਸੇ ਦੇ ਲਾਂਭੂ ਵਾਲ ਉੱਠੇ। ਉਸ ਨੇ ਸਤਿਗੁਰਾਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਹੇ ਇਉਂ ਸੁਣਾਇਆ। ਮਜ਼ਲੂਮਾਂ ਦਾ ਸਹਾਰਾ ਹੈ। ਜਦੋਂ ਕਦੇ ਵੀ ਕੋਈ ਸਿੱਖੀ ਦੀ ਸ਼ਰਨ ਆਇਆ ਤਾਂ ਸਿੱਖੀ ਨੇ ਉਸ ਨੂੰ ਗਲ ਨਾਲ ਲਾਇਆ। ਜੋ ਸਰਣੇ ਆਵੈ ਤਿਸੈ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ। ਦੇਸ਼ ਕੌਮ ਤੇ ਧਰਮ ਲਈ ਹੱਸ ਹੱਸ ਕੇ ਲੱਖਾਂ ਦੁੱਖੜੇ ਜਰੇ, ਤਾਂ ਖਾਲਸੇ ਨੇ ਕਾਇਮ ਰੱਖਣ ਦੇ ਵਾਸਤੇ ਇੱਜ਼ਤਾਂ ਨੂੰ ਸਾਗਰ ਲਹੂ ਦੇ ਤਰੇ, ਤਾਂ ਖਾਲਸੇ ਨੇ ਵੱਜੀ ਫੱਟ ਸੀ ਜਿਨ੍ਹਾਂ ਦੇ ਸੀਨਿਆਂ 'ਤੇ, ਜ਼ਖਮ ਉਹਨਾਂ ਦੇ ਭਰੇ, ਤਾਂ ਖਾਲਸੇ ਨੇ ਚਰਨ ਹੋਰ ਨਾ ਕੋਈ ਜੋ ਕਰ ਸਕਿਆ ਕਾਰਨਾਮੇ ਉਹ ਕਰੇ, ਤਾਂ ਖਾਲਸੇ ਨੇ। ਔਰੰਗਜ਼ੇਬ ਦਾ ਹੁਕਮ ਸੁਣ ਕੇ ਗੁਰੂ ਜੀ ਨੇ ਪੰਜ ਸਿੱਖਾਂ ਨੂੰ ਨਾਲ ਲਿਆ ਅਤੇ ਵਿਉਂਤਬੰਦ ਢੰਗ ਨਾਲ ਆਗਰੇ ਗ੍ਰਿਫਤਾਰੀ ਦੇ ਦਿੱਤੀ। ਆਗਰੇ ਤੋਂ ਗੁਰੂ ਜੀ ਸਿੱਖਾਂ ਸਮੇਤ ਦਿੱਲੀ ਪਹੁੰਚੇ। ਸਤਿਗੁਰਾਂ ਨੂੰ ਸਿੱਖਾਂ ਦੇ ਨਾਲ ਬੰਦੀ ਬਣਾ ਕੇ ਲੋਹੇ ਦੇ ਪਿੰਜਰੇ ਵਿੱਚ ਕੈਦ ਕੀਤਾ ਗਿਆ। ਹਕੂਮਤ ਦਾ ਇਹ ਅਤਿਆਚਾਰ ਵੇਖ ਕੇ ਪਰਜਾ ਵਿੱਚ ਸੋਗ ਦੀ ਲਹਿਰ ਦੌੜ ਗਈ। ਦੁਖੀ ਪਰਜਾ ਨੇ ਹਕੂਮਤ ਨੂੰ ਇਉਂ ਲਾਣਤਾਂ ਪਾਈਆਂ। ਸਦਿਆ ਜਦ ਵਿੱਚ ਕਚਹਿਰੀ ਸਤਿਗੁਰ ਨੂੰ ਜ਼ਾਲਮ ਨੇ ਪਾਈਆਂ ਫਿਟਕਾਰਾਂ ਪਾਪੀ ਜ਼ਾਲਮ ਨੂੰ ਆਲਮ ਨੇ ਦੁਨੀਆਂ ਤੇ ਸਦਾ ਤੇਰੀਆਂ ਗੱਦੀਆਂ ਨਾ ਰਹਿਣ
ਬਖਸ਼ਿਆ ਨੀ ਜਾਣਾ ਮੁੜ ਕੇ ਦੋਸ਼ੀ ਹੈ ਪਾਰਾ ਤੂੰ ਰੇ ਤੇਰੀਆਂ ਮਹਿਲ ਮਾੜੀਆਂ ਰੇ ਤੇਰੀਆਂ ਮਹਿਲ ਮਾੜੀਆਂ ਆਖਰ ਲੂਟਣ ਗੀਆਂ ਦੇਊ ਜਦ ਰੱਬ ਸਜਾਵਾ ਭੁਗਤਣੀਆਂ ਪੈਣ ਗੀਆਂ ਦੇਊ ਜਦ ਰੱਬ ਸਜਾਵਾ ਪਹੁੰਚ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜ਼ਾਲਮਾਂ ਦੀ ਕੈਦ ਵਿੱਚ ਬੈਠੇ ਗੁਰਬਾਣੀ ਦਾ ਪਾਠ ਕਰਦੇ ਰਹੇ ਅਤੇ ਜ਼ਾਲਮ ਸਤਿਗੁਰਾਂ ਨੂੰ ਸਿਦਕ ਤੋਂ ਡੁਲਾਉਣ ਦੇ ਮਨਸੂਬੇ ਤਿਆਰ ਕਰਦੇ ਰਹੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਜਾਂ ਜੇ ਕੋ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ। ਜਦੋਂ ਕਿਸੇ ਹਕੂਮਤ ਦਾ ਅੰਤ ਨੇੜੇ ਆਉਂਦਾ ਹੈ ਤਾਂ ਉਹ ਹਕੂਮਤ ਦੀ ਮੱਤ ਮਾਰੀ ਜਾਂਦੀ ਹੈ, ਹਕੂਮਤ ਧਰਮ ਨੂੰ ਭੁੱਲ ਜਾਂਦੀ ਹੈ ਅਤੇ ਉਹ ਮਹਾਂਪੁਰਸ਼ਾਂ ਉੱਤੇ ਜ਼ੁਲਮ ਕਰਦੀ ਹੈ। ਔਰੰਗਜ਼ੇਬ ਦੇ ਪਾਪਾਂ ਦਾ ਬੇੜਾ ਨਕਾਨਕ ਭਰਿਆ ਹੋਇਆ ਸੀ, ਇਸ ਲਈ ਉਸਨੇ ਦੀਨ ਦੁਨੀ ਦੇ ਵਾਲੀ ਸਤਿਗੁਰੂ ਉੱਤੇ ਜ਼ੁਲਮ ਕਰਨ ਤੋਂ ਗੁਰੇਜ਼ ਨਾ ਕੀਤਾ। ਸਤਿਗੁਰਾਂ ਨੂੰ ਕਚਹਿਰੀ ਵਿੱਚ ਬੁਲਾਇਆ ਗਿਆ। ਜ਼ਾਲਮ ਔਰੰਗੇ ਨੇ ਗੁਰੂ ਜੀ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ। ਆਲਮਗੀਰੀਆ ਢਾਡੀ ਜੱਥਾ ਇਉਂ ਬਿਆਨ ਕਰਦਾ ਹੈ, ਕਹੇ ਜ਼ਾਲਮ ਔਰੰਗਾ ਸੱਚੇ ਪਾਤਸ਼ਾਹ ਤੁਹਾਨੂੰ ਮਾਤਰ ਦੇ ਨਾਲ ਮੈਂ ਬੁਲਾਇਆ, ਕਹੇ ਜ਼ਾਲਮ ਔਰੰਗਾ ਸੱਚੇ ਪਾਤਸ਼ਾਹ ਤੁਹਾਨੂੰ ਮਾਤਰ ਦੇ ਨਾਲ ਮੈਂ ਬੁਲਾਇਆ, ਕਹੇ ਜ਼ਾਲਮ ਔਰੰਗਾ ਸੱਚੇ ਪਾਤਸ਼ਾਹ ਪਾਤਸ਼ਾਹ
ਹਮੇਸ਼ਾ ਹੀ ਪੁਗਾਇਆ ਜਿਹੜੀ ਗੱਲ ਮੈਂ ਲਿਆਉਂਦਾ ਹਾਂ ਜ਼ੁਬਾਨ ਤੇ ਉਹਨੂੰ ਜਾਂਦਾ ਹੈ ਹਮੇਸ਼ਾ ਹੀ ਪੁਗਾਇਆ ਜਿਹੜੀ ਗੱਲ ਮੈਂ ਲਿਆਉਂਦਾ ਹਾਂ ਜ਼ੁਬਾਨ ਤੇ ਜ਼ੁਬਾਨ ਤੇ ਕਚਹਿਰੀ ਵਿੱਚ ਗੁਰੂ ਜੀ ਨੂੰ ਧਰਮ ਛੱਡਣ ਲਈ ਮਜਬੂਰ ਕੀਤਾ ਗਿਆ ਤਾਂ ਗੁਰੂ ਜੀ ਨੇ ਜ਼ਾਲਮ ਨੂੰ ਉਪਦੇਸ਼ ਦਿੱਤਾ ਔਰੰਗਜ਼ੇਬ ਅਸੀਂ ਸਰੀਰ ਛੱਡ ਸਕਦੇ ਹਾਂ ਪਰੰਤੂ ਧਰਮ ਨਹੀਂ ਛੱਡ ਸਕਦੇ ਸਰੀਰ ਨਾਸ਼ਵਾਨ ਹੈ ਧਰਮ ਜੁਗੋ ਜੁਗ ਅਟਲ ਹੈ ਸਾਡਾ ਧਰਮ ਕਹਿੰਦਾ ਹੈ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਤੇਰੀ ਤਲਵਾਰ ਸਾਡਾ ਸੀਸ ਤਾਂ ਧੜ ਤੋਂ ਵੱਖ ਕਰ ਸਕਦੀ ਹੈ ਪਰੰਤੂ ਸਾਡੇ ਸਿਦਕ ਨੂੰ ਆਂਚ ਨਹੀਂ ਆਵੇਗੀ ਗੁਰੂ ਜੀ ਨੇ ਜ਼ਾਲਮ ਨੂੰ ਜੋ ਉਪਦੇਸ਼ ਦਿੱਤਾ ਉਸ ਨੂੰ ਉਪਲਾਂ ਵਾਲੇ ਕਰਨੈਲ ਸਿਵੀਏ ਦੀ ਕਲਮ ਤੋਂ ਆਲਮਗਿਰੀਆ ਢਾਡੀ ਜਥਾ ਹੇ ਇਉਂ ਬਿਆਨ ਕਰ ਰਿਹਾ ਹੈ
ਸ੍ਰੀ ਸਤਿਗੁਰੂ ਜੀ ਨੂੰ ਤਿੰਨ ਸਵਾਲ ਕੀਤੇ ਗਏ, ਜਾਂ ਕਰਾਮਾਤ ਵਿਖਾਓ, ਜਾਂ ਮੁਸਲਮਾਨ ਬਣਨਾ ਮਨਜ਼ੂਰ ਕਰੋ, ਅਤੇ ਜਾਂ ਮੌਤ ਦੀ ਸਜ਼ਾ ਵਾਸਤੇ ਤਿਆਰ ਹੋ ਜਾਓ। ਸਤਿਗੁਰਾਂ ਨੇ ਦ੍ਰਿੜਤਾ ਨਾਲ ਜਵਾਬ ਦਿੱਤਾ, ਕਰਾਮਾਤ ਵਿਖਾਉਣਾ ਕਹਿਰ ਹੈ, ਅਸੀਂ ਕਹਿਰ ਨਹੀਂ ਕਰ ਸਕਦੇ, ਅਸੀਂ ਕਰਾਮਾਤ ਵਿਖਾ ਕੇ ਰੱਬ ਦੇ ਸ਼ਰੀਕ ਨਹੀਂ ਬਣਨਾ ਚਾਹੁੰਦੇ। ਕਿਸੇ ਦੀ ਸੀਨਾ ਜ਼ੋਰੀ ਅੱਗੇ ਧਰਮ ਬਦਲਣਾ ਕੈਰ ਤਾਂ ਹੈ, ਅਸੀਂ ਕੈਰ ਵੀ ਨਹੀਂ ਬਣਨਾ ਚਾਹੁੰਦੇ। ਜੋ ਮੌਤ ਦਾ ਤੁਹਾਡਾ ਹੁਕਮ ਹੈ, ਇਹ ਮੌਤ ਸਾਨੂੰ ਪ੍ਰਵਾਨ ਹੈ। ਔਰੰਗਜ਼ੇਬ ਯਾਦ ਰੱਖੋ, ਸਾਡੀ ਮੌਤ ਕੌਮ ਦੀ ਜ਼ਿੰਦਗੀ ਬਣੇਗੀ, ਸਾਡੀ ਮੌਤ ਕੌਮ ਨੂੰ ਦੁਨੀਆ ਦੇ ਵਿੱਚ ਜਿਉਣ ਦੀ ਜਾਂਚ ਦੱਸੇਗੀ। ਜੇਕਰ ਬੂੰਦ ਦੇ ਵਿੱਚ ਉਛਾਲ ਆ ਜਾਏ, ਖਤਰਨਾਕ ਤੂਫਾਨ ਵੀ ਬਣ ਸਕਦਾ, ਫੁੱਲ ਨੂੰ ਮਹਿਕ ਲਟਾਉਣ ਦੀ ਜਾਂਚ ਹੋਵੇ, ਯਾਰੋ ਗੁਲਸਤਾਨ ਵੀ ਬਣ ਸਕਦਾ, ਜਿਹਨੂੰ ਦੇਖ ਹਿਮਾਲੀਆ ਹਿੱਲ ਜਾਵੇ, ਐਡਾ ਦਿਲ ਬਲਵਾਨ ਵੀ ਬਣ ਸਕਦਾ, ਡੁੱਲਿਆ ਖੂਨ ਸ਼ਹੀਦਾਂ ਦਾ ਚਰਨ ਸਿੰਘਾ ਇਨਕਲਾਬ ਮਹਾਨ ਵੀ ਬਣ ਸਕਦਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਇਹ ਮੂੰਹ ਤੋੜਵੇਂ ਜਵਾਬ ਨੂੰ ਸੁਣ ਕੇ ਔਰੰਗਜ਼ੇਬ ਦੇ ਸੀਨੇ ਦੇ ਵਿੱਚ ਕ੍ਰੋਧ ਦੀ ਅੱਗ ਹੋਰ ਭੜਕ ਉੱਠੀ ਅਤੇ ਉਸਨੇ ਸਤਿਗੁਰਾਂ ਦੇ ਸਾਹਮਣੇ ਸਿੱਖਾਂ ਨੂੰ ਤਸੀਹੇ ਦੇਣ ਦਾ ਫੈਸਲਾ ਕੀਤਾ। ਭਾਈ ਮਤੀ ਦਾਸ ਜੀ ਨੂੰ ਬੜੀ ਬੇਰਹਿਮੀ ਨਾਲ ਆਰੇ ਨਾਲ ਦੋਫਾੜ ਕਰ ਦਿੱਤਾ ਗਿਆ। ਭਾਈ ਦਿਆਲਾ ਜੀ ਨੂੰ ਉੱਬਲਦੀ ਦੇਗ ਵਿੱਚ ਉਬਾਲਿਆ ਗਿਆ। ਪਰ ਸਿੱਖਾਂ ਦੀਆਂ ਸ਼ਹਾਦਤਾਂ ਅਤੇ ਆਰੇ ਉੱਬਲਦੀਆਂ ਦੇਗਾਂ ਪੁਕਾਰ ਪੁਕਾਰ ਕੇ ਕਹਿ ਰਹੇ ਸਨ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਦਕ ਨਾ ਜਾਵੇ। ਸਿੱਖਾਂ ਉੱਤੇ ਕਹਿਰ ਵੇਖ ਕੇ ਗੁਰੂ ਜੀ ਦੀ ਅਡੋਲਤਾ ਵਿੱਚ ਫਰਕ ਨਾ ਪਿਆ। ਜਿਸ ਵੇਲੇ ਜ਼ੁਲਮ ਦੀ ਇੰਤਹਾ ਹੋ ਗਈ ਤਾਂ ਗੁਰੂ ਜੀ ਦਾ ਸੀਸ ਵੀ ਧੜ ਤੋਂ ਵੱਖ ਕੀਤਾ ਗਿਆ। ਔਰੰਗਜ਼ੇਬ ਨੇ ਹੁਕਮ ਦਿੱਤਾ, ਜੇ ਕੋਈ ਗੁਰੂ ਦਾ ਧੜ ਅਤੇ ਸੀਸ ਚੁੱਕਣ ਦੀ ਹਿੰਮਤ ਕਰੇਗਾ, ਉਸ ਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਚਾਰ ਵੱਡੇ ਦਰਵਾਜ਼ਿਆਂ ਵਿੱਚ ਟੰਗ ਦੇਵਾਂਗੇ। ਇਸ ਐਲਾਨ ਦੇ ਬਾਵਜੂਦ ਲੱਖੀ ਸ਼ਾਹ ਵਣਜਾਰਾ ਆਪਣੇ ਘਰ ਆਇਆ ਅਤੇ ਆਪਣੇ ਪੁੱਤਰਾਂ ਨੂੰ ਕਿਹਾ, ਪੁੱਤਰੋ, ਕਿਸੇ ਔਲਾਦ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋ ਗਏ, ਹੁਣ ਤੁਸੀਂ ਦੱਸੋ ਤੁਹਾਡਾ ਕੀ ਵਿਚਾਰ ਹੈ? ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦਾ ਧੜ ਤੇ ਸੀਸ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਰੁਲ ਰਿਹਾ, ਕੀ ਆਪਾਂ ਇਹ ਕੁਰਬਾਨੀ ਕਰਨ ਤੋਂ ਪਿੱਛੇ ਹਟ ਜਾਈਏ? ਨੇਕ ਪੁੱਤਰਾਂ ਨੇ ਸਲਾਹ ਦਿੱਤੀ, ਪਿਤਾ ਜੀ, ਜੇ ਗੁਰੂ ਜੀ ਦੇਸ਼ ਦੀ ਇੱਜ਼ਤ ਬਚਾਉਣ ਬਦਲੇ ਸ਼ਹੀਦ ਹੋ ਸਕਦੇ ਨੇ ਤਾਂ ਗੁਰੂ ਜੀ ਦੇ ਧੜ ਦੀ ਬੇਅਦਬੀ ਨਾ ਹੋਣ ਦਿਓ। ਜੇ ਤੁਸੀਂ ਵੀ ਸ਼ਹੀਦ ਹੋ ਗਏ ਤਾਂ ਸਾਡੇ ਧੰਨ ਭਾਗ ਗੁਰੂ ਤੇਗ ਬਹਾਦਰ ਜੀ ਦਾ ਧੜ ਆਦਬ ਸਤਿਕਾਰ ਨਾਲ ਘਰੇ ਲਿਆਓ। ਪਿਤਾ ਪੁੱਤਰਾਂ ਦੀ ਗੱਲ ਸੁਣ ਕੇ ਗਿਆ ਅਤੇ ਧੜ ਚੁੱਕਿਆ, ਘਰੇ ਲਿਆਇਆ, ਘਰ ਦੇ ਅੰਦਰ ਚਿਖਾ ਤਿਆਰ ਕਰ ਲਈ। ਗੁਰੂ ਦੇ ਸਿੱਖ ਨੇ ਗੁਰੂ ਦੇ ਪਿਆਰ ਵਿੱਚ ਪੂਰਾ ਉਤਰਨ ਵਾਸਤੇ ਆਪਣੇ ਸਾਰੇ ਘਰ ਨੂੰ ਅੱਗ ਲਾ ਦਿੱਤੀ। ਘਰ ਜਲ ਰਿਹਾ ਸੀ, ਸਿੱਖੀ ਦੀ ਨਿਉਂ ਮਜ਼ਬੂਤ ਹੋ ਰਹੀ ਸੀ। ਇਸ ਦਿਲ ਚੀਰਵੇਂ ਦ੍ਰਿਸ਼ ਦਾ ਵਰਣਨ ਆਲਮਗੀਰੀਆ ਜਥਾ ਇਉਂ ਕਰਦਾ ਹੈ, ਉਹ ਗੁਰਾਂ ਦੇ ਧੜ ਨੂੰ ਕਰੇ ਲਿਆ ਕੇ ਉੱਪਰ ਚਾਦਰ ਚਿੱਠੀ ਪਾ ਕੇ ਮਨ ਵਿੱਚ ਸਤਿਗੁਰ ਤਾਈ ਦਿਆ ਕੇ ਆਪਣਾ ਸੀਸ ਚੁਕਾਉਂਦਾ ਹੈ ਲੱਖੀ ਸ਼ਾਹ ਵਣਜਾਰਾ ਘਰ ਨੂੰ ਹੱਥੀ ਲਾਂਬੂ ਉਹ ਹੱਥੀ ਸਤਿਗੁਰ ਆਪ ਕਰਾਉਂਦਾ ਹੈ।
ਇੱਕ ਸ਼ਾਇਰ ਲਿਖਦਾ ਹੈ, ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ ਵੋ ਮੌਤ ਵੀ ਹਯਾਤ ਹੈ। ਗੁਰੂ ਤੇਗ ਬਹਾਦਰ ਜੀ ਸ਼ਹੀਦ ਤਾਂ ਹੋ ਗਏ, ਪਰੰਤੂ ਉਹਨਾਂ ਨੇ ਹਿੰਦੂ ਧਰਮ ਦੀ ਚਾਦਰ ਬਣ ਕੇ ਹਿੰਦੂਆਂ ਦੀ ਇੱਜ਼ਤ ਆਬਰੂ ਨੂੰ ਨਗਨ ਹੋਣ ਤੋਂ ਬਚਾ ਲਿਆ। ਗੁਰੂ ਜੀ ਦੀ ਕੁਰਬਾਨੀ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਚਿੱਤਰ ਨਾਟਕ ਵਿੱਚ ਕੀਤਾ ਹੈ। ਵਿਚਿੱਤਰ ਨਾਟਕ ਇਹ ਦੋਵੇਂ ਹਿੰਦੀ ਦੇ ਲਫ਼ਜ਼ ਹਨ। ਵਿਚਿੱਤਰ ਦਾ ਮਤਲਬ ਹੈ ਅਨੋਖਾ, ਨਾਟਕ ਦਾ ਮਤਲਬ ਹੈ ਡਰਾਮਾ। ਮਾਂ ਗੁਜਰੀ ਦੇ ਸ਼ੇਰ ਦੇ ਲਾਲ ਨੇ 9 ਸਾਲ ਦੀ ਆਯੂ ਵਿੱਚ ਆਪਣੇ ਪਿਤਾ ਨੂੰ ਸ਼ਹੀਦ ਕਰਵਾ ਕੇ ਆਪ ਯਤੀਮ ਹੋ ਕੇ ਹਿੰਦੁਸਤਾਨ ਦੇ ਵਿਸ਼ਾਲ ਰੰਗ ਮੰਚ 'ਤੇ ਉਹ ਅਨੋਖਾ ਡਰਾਮਾ ਖੇਡਿਆ ਜਿਹੜਾ ਅੱਜ ਤੱਕ ਨਾ ਕਿਸੇ ਮਾਈ ਦੇ ਲਾਲ ਨੇ ਖੇਡਿਆ ਅਤੇ ਨਾ ਕੋਈ ਅਗਾਂਹ ਨੂੰ ਖੇਡ ਸਕੇਗਾ। ਸਤਿਗੁਰੂ ਲਿਖਦੇ ਹਨ, ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ, ਕੀਨੋ ਬੜੋ ਕਲੂ ਮੈਂ ਸਾਕਾ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਗੁਰੂ ਜੀ ਨੇ ਹਿੰਦ ਦੀ ਚਾਦਰ ਬਣ ਕੇ ਦੇਸ਼ ਦੀ ਇੱਜ਼ਤ ਦੀ ਰੱਖਿਆ ਕੀਤੀ। ਧੜ ਦਾ ਸੰਸਕਾਰ ਲੱਖੀ ਸ਼ਾਹ ਵਣਜਾਰੇ ਨੇ ਕੀਤਾ। ਹੁਣ ਸਵਾਲ ਪੈਦਾ ਹੁੰਦਾ ਸੀ ਸੀਸ ਦਾ। ਇੱਕ ਰੰਗਰੇਟੇ ਸਿੱਖ ਭਾਈ ਜੈਤੇ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਇਹ ਸੇਵਾ ਦਾ ਮੌਕਾ ਮੈਨੂੰ ਬਖਸ਼ੋ, ਮੈਂ ਆਪਣਾ ਜੀਵਨ ਸਫਲ ਕਰਾਂ, ਬਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ। ਸਤਿਗੁਰਾਂ ਨੇ ਮੁਸ਼ਕਲ ਨੂੰ ਆਸਾਨ ਬਣਾ ਦਿੱਤਾ। ਇਸ ਰੰਗਰੇਟੇ ਸਿੱਖ ਨੇ ਸਤਿਗੁਰਾਂ ਦਾ ਸੀਸ ਚੁੱਕਿਆ, ਚਾਦਰੇ ਵਿੱਚ ਲਪੇਟਿਆ, ਵਲਿੱਖਾਂ ਨੂੰ ਚੀਰਦਾ ਹੋਇਆ ਨਦੀਆਂ ਨਾਲੇ ਲੰਘਦਾ ਹੋਇਆ ਅਨੰਦਪੁਰ ਸਾਹਿਬ ਗੋਬਿੰਦ ਰਾਏ ਦੇ ਦਰਬਾਰ ਵਿੱਚ ਆ ਪੁੱਜਾ। ਗੋਬਿੰਦ ਰਾਏ ਨੇ ਜਿਸ ਵੇਲੇ ਇਹ ਦਸ਼ਾ ਵੇਖੀ, ਇਸ ਨਜ਼ਾਰੇ ਨੂੰ ਵੇਖ ਕੇ ਗੋਬਿੰਦ ਰਾਏ ਦਾ ਮਾਲਾ ਫੇਰਨ ਵਾਲਾ ਹੱਥ ਤਲਵਾਰ ਦੇ ਕਬਜ਼ੇ ਉੱਤੇ ਚਲਿਆ ਗਿਆ। ਗੋਬਿੰਦ ਰਾਏ ਨੇ ਭਾਈ ਜੈਤਾ ਨੂੰ ਛਾਤੀ ਨਾਲ ਲਾ ਕੇ ਆਖਿਆ, ਰੰਗਰੇਟੇ ਗੁਰੂ ਕੇ ਬੇਟੇ, 9 ਸਾਲ ਦੇ ਗੋਬਿੰਦ ਰਾਏ ਦੇ ਭਾਈ ਜੈਤਾ ਜੀ ਨਾਲ ਹੋਏ ਵਾਰਤਾਲਾਪ ਨੂੰ ਆਲਮਗੀਰੀਆ ਜਥਾ ਹੇ ਇਉਂ ਬਿਆਨ ਕਰ ਰਿਹਾ। ਜੈਤਾ ਜੀ ਜਦ ਸੀਸ ਉਠਾ ਕੇ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਦਰਬਾਰ ਸਜਾਇਆ ਅਤੇ ਔਰੰਗਜ਼ੇਬ ਨੂੰ ਵਾਰਨਿੰਗ ਦਿੱਤੀ, ਔਰੰਗਜ਼ੇਬ ਯਾਦ ਰੱਖ, ਤੂੰ ਮੇਰੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਕੇ ਆਪਣੀ ਕਬਰ ਆਪ ਪੁੱਟ ਲਈ। ਜ਼ਾਲਮ, ਮਜ਼ਲੂਮਾਂ ਦੀਆਂ ਆਹਾਂ ਖਾਲੀ ਨਹੀਂ ਜਾਣਗੀਆਂ, ਇਹ ਇੱਕ ਦਿਨ ਰੰਗ ਲਿਆਉਣਗੀਆਂ। ਅਸੀਂ ਤੱਤੀਆਂ ਤਵੀਆਂ 'ਤੇ ਬਹਿ ਕੇ ਦੇਖ ਲਿਆ, ਅਸੀਂ ਸਿਰਾਂ 'ਤੇ ਆਰੇ ਚਲਵਾ ਕੇ ਵੇਖ ਲਏ, ਅਸੀਂ ਉੱਬਲਦੇ ਪਾਣੀ ਵਿੱਚ ਉੱਬਲ ਕੇ ਵੇਖ ਲਿਆ, ਪਰ ਤੁਸੀਂ ਰਾਜੇ ਸ਼ੀਂਹ ਮੁਕੱਦਮ ਕੁੱਤੇ ਜ਼ੁਲਮ ਕਰਨ ਤੋਂ ਬਾਜ਼ ਨਹੀਂ ਆਏ, ਹੁਣ ਅਸੀਂ ਜੰਗ ਲੜਾਂਗੇ। ਤੰਗ ਆਮਦ ਬਜੰਗ ਆਮਦ, ਚੂੰ ਕਾਰ ਅਜ਼ਹਮਾ ਹੀਲ 'ਤੇ ਦਰਗ ਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਤੂੰ ਕਹਿਣਾ ਸਿੱਖ ਸਿਰ 'ਤੇ ਦਸਤਾਰ ਨਹੀਂ ਸਜਾ ਸਕਦਾ, ਮੇਰਾ ਸਿੱਖ ਸਿਰ 'ਤੇ ਦਸਤਾਰ ਸਜਾਵੇਗਾ, ਤੇਰੀ ਹਕੂਮਤ ਰੋਕ ਕੇ ਵਿਖਾਵੇ। ਤੂੰ ਕਹਿਣਾ ਸਿੱਖ ਨਗਾਰੇ 'ਤੇ ਚੋਟ ਨਹੀਂ ਲਾ ਸਕਦਾ, ਰਣਜੀਤ ਨਗਾਰਾ ਖੜਕੂ, ਸ਼ਿਵਾਲਕਾ ਦੀਆਂ ਪਹਾੜੀਆਂ ਕੰਬਣਗੀਆਂ, ਲਾਲ ਕਿਲੇ ਦਾ ਤਖ਼ਤ ਡੋਲੂ, ਤੂੰ ਰੋਕ ਕੇ ਵਿਖਾਈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਨਗਾਰਾ ਬਣਾਇਆ ਜਿਸ ਦਾ ਨਾਂ ਰਣਜੀਤ ਨਗਾਰਾ ਰੱਖਿਆ। ਜਦੋਂ ਰਣਜੀਤ ਨਗਾਰੇ 'ਤੇ ਚੋਟਾਂ ਲਾਈਆਂ ਤਾਂ ਔਰੰਗਜ਼ੇਬ ਦਾ ਦਿਲ ਧੜਕਣ ਲੱਗਿਆ, 22 ਧਾਰ ਦੇ ਪਹਾੜੀ ਰਾਜੇ ਘਬਰਾ ਉੱਠੇ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਪਹੁੰਚੇ। ਗੁਰੂ ਜੀ ਨੇ ਉਹਨਾਂ ਦੇ ਆਉਣ ਦਾ ਕਾਰਨ ਪੁੱਛਿਆ ਤਾਂ 22 ਧਾਰ ਦੇ ਪਹਾੜੀ ਰਾਜਿਆਂ ਨੇ ਆਖਿਆ ਕਿ ਤੁਸੀਂ ਆਪਣਾ ਪ੍ਰੋਗਰਾਮ ਬਦਲ ਲਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਖਿਆ ਅਸੀਂ ਆਪਣਾ ਪ੍ਰੋਗਰਾਮ ਕਿਵੇਂ ਬਦਲ ਸਕਦੇ ਹਾਂ, ਉਹਦਾ ਕੋਈ ਕਾਰਨ ਦੱਸੋ। ਉਹ ਕਹਿੰਦੇ ਜਿਹੜੀਆਂ ਤੁਸੀਂ ਨੀਵੀਆਂ ਜਾਤਾਂ ਆਪਣੀ ਫੌਜ ਦੇ ਵਿੱਚ ਸ਼ਾਮਲ ਕੀਤੀਆਂ ਨੇ, ਇਹ ਲੋਕ ਸਾਡੇ ਨਾਲ ਲੜ ਨਹੀਂ ਸਕਦੇ, ਇਹ ਲੋਕ ਹਕੂਮਤ ਨਾਲ ਟੱਕਰ ਨਹੀਂ ਲੈ ਸਕਦੇ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਰੀਰ ਦਾ ਸਾਰਾ ਲਹੂ ਚਿਹਰੇ 'ਤੇ ਇਕੱਠਾ ਹੋ ਗਿਆ। ਉਹਨਾਂ ਆਖਿਆ ਇਹਨਾਂ ਲੋਕਾਂ ਨੂੰ ਮੈਂ ਰਾਜ ਭਾਗ ਦੇ ਮਾਲਕ ਬਣਾਵਾਂਗਾ, ਮੈਂ ਇਹਨਾਂ ਦੇ ਹੱਥ ਵਿੱਚ ਐਸੀ ਤਲਵਾਰ ਫੜਾਵਾਂਗਾ ਜਿਸ ਤਲਵਾਰ ਨੂੰ ਵੇਖ ਕੇ ਜ਼ਾਲਮ ਦੀ ਤਲਵਾਰ ਕੰਬ ਉੱਠੇਗੀ ਅਤੇ ਮੁੜ ਕੇ ਮਿਆਨ ਵਿੱਚ ਜਾ ਪਵੇਗੀ। ਮੈਂ ਇਹਨਾਂ ਲੋਕਾਂ ਨੂੰ ਐਸੀ ਤਾਕਤ ਦਿਆਂਗਾ, ਇਹ ਦਰਾ ਖੈਬਰ ਦੀਆਂ ਚੋਟੀਆਂ 'ਤੇ ਖੱਟਾ ਝੰਡਾ ਚਲਾ ਦੇਣਗੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਜੰਗ ਦੇ ਫੈਸਲੇ ਦਾ ਅਤੇ ਆਪਣੇ ਅਗਲੇ ਪ੍ਰੋਗਰਾਮ ਦਾ ਐਲਾਨ ਹੇ ਇਉਂ ਕਰਦੇ ਹਨ।